देखो एबीपी साझा टाटा स्काई चैनल नंबर 1929 पे। देखो एबीपी साझा टाटा स्काई चैनल नंबर 1929 पे। जिथे भी ये जान पंजाबी नवा पंजाब बसाउंदे ने, एक पंजाब भारत विच आ तां दूजा पंजाब पाकिस्तान दे विच है। इस तों अलावा पंजाबियां ने इंग्लैंड, अमरीका, कनेडा, आस्ट्रेलिया ते होर पता नहीं केड़े केड़े देश दे विच नवा पंजाब बसा दिता है। एक पंजाब हुण दिल्ली दे बॉर्डरां ते भी नजर आउण लगा है। तस्वीरां मैं तुहानूं मेरे पिछे दीआं दिखा दिंदे आ। तस्वीरां दे जरिए तुसीं देख रहे होंगे अबोवाल पीवी 56 वाले गोंदवाल 0 किलोमीटर। गोंदवाल इथों केवल 0 किलोमीटर रह जांदा। हालांकि गोंदवाल की गल करी जावे तां लुधियाना जिले का पिंड है, लुधियाना जिले के जिहड़े पिंडां दे विचों गोंदवाल आ, तां लुधियाना इत्थों काफी ज्यादा किलोमीटर दूर है। पर दूजे पासे जदों असीं इत्थे आउणे आ तां इक नवीं झलक गोंदवाल दी तुहानूं देखण नूं मिलेगी कि गोंदवाल 0 किलोमीटर हैगा। किहड़ा पिंड है जी तुहाडा? वाहिगुरू जी का खालसा, वाहिगुरू जी की फतेह। मैं पहला एबीपी साझा न्यूज वालों का स्वागत करदा जिन्हां ने साडा लाइव चला के जां साडा जो भी संघर्ष दा ਇਥੋਂ ਦੀ ਇੱਕ ਇੱਕ ਪਲ ਪਲ ਦੀ ਖਬਰ ਇਹਨਾਂ ਨੇ ਲੋਕਾਂ ਤੱਕ ਪਹੁੰਚਾਈ ਹੈ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਗੋਂਦਵਾਲ ਇਥੋਂ 0 ਕਿਲੋਮੀਟਰ ਰਹਿ ਗਏ, ਕੀ ਕਾਰਨ ਹੈ? ਗੋਂਦਵਾਲ ਸਾਹਿਬ ਇਥੋਂ ਪਿੰਡ ਦਾ ਹੈਗਾ ਜੀ 350 ਕਿਲੋਮੀਟਰ, ਪਰ ਅਸੀਂ ਆ ਕੇ ਆਪਦਾ ਪਿੰਡ ਨਵੇਂ ਵਸਾਇਆ ਪਿਆ। ਇੱਥੇ ਪਿੰਡ ਆਪਦਾ ਵਸਾ ਕੇ ਅਸੀਂ ਇੱਥੇ 0 ਕਿਲੋਮੀਟਰ ਕਰਤਾ। ਚੱਲ ਕੇ ਆਉਣ ਵਾਲਿਆਂ ਨੂੰ ਇਹੀ ਲੱਗਦਾ ਵੀ ਅਸੀਂ ਗੋਂਦਵਾਲ ਪਹੁੰਚ ਗਏ ਹਾਂ, ਆਪਦੇ ਘਰੇ ਆ ਗਏ ਹਾਂ। ਸਾਨੂੰ ਇਹ ਨਹੀਂ ਲੱਗਦਾ ਅਸੀਂ 350 ਕਿਲੋਮੀਟਰ ਸਾਡਾ ਪਿੰਡ ਇੱਥੋਂ ਇਸ ਟਾਈਮ ਤੋਂ ਤੇ, ਪਰ ਅਸੀਂ ਆਪਦਾ ਨਵਾਂ ਪਿੰਡ ਵਸਾ ਕੇ ਅਸੀਂ ਆਪਦਾ ਆਪਦੇ ਆਪ ਚ ਇਹ ਮਹਿਸੂਸ ਕਰਦੇ ਹਾਂ ਵੀ ਅਸੀਂ ਗੋਂਦਵਾਲ ਨਹੀਂ ਜਾਣਾ, ਅਸੀਂ ਆਪਦੇ ਘਰੇ ਬੈਠੇ ਹਾਂ, 0 ਕਿਲੋਮੀਟਰ ਤੇ ਬੈਠੇ ਹਾਂ। ਸੋ ਬਜ਼ੁਰਗ ਨਾਲ ਲੈ ਬਾਪੂ ਜੀ, ਪਿੰਡ ਬੱਸ ਜਾਂਦੇ ਆ ਪਰ ਪਿੰਡ ਉਜਾੜਨੇ ਪੈਣੇ ਆ, ਉਜੜਨਾ ਬਹੁਤ ਔਖਾ ਹੈ। 47 ਦਾ ਉਜਾੜਾ ਪੰਜਾਬ ਨੇ ਦੇਖਿਆ, ਹੁਣ ਤੋਂ ਥੋੜੇ ਦਿਨਾਂ ਦੇ ਵਿੱਚ ਐਲਾਨ ਹੋ ਜਾਣਾ ਕਿ ਜੀ ਅੰਦੋਲਨ ਨੂੰ ਵਾਪਸ ਕੀਤਾ ਜਾਂਦਾ, ਕਿਉਂਕਿ ਸਰਕਾਰ ਤੋਂ ਜਿੰਨੀਆਂ ਵੀ ਮੰਗਾਂ ਸੀ ਉਹ ਮਨਾ ਲਈਆਂ। ਤਾਂ ਗੋਂਦਵਾਲ ਨੂੰ ਜਦੋਂ ਉਜਾੜਿਆ ਜਾਣਾ ਹੈਗਾ, ਕੀ ਮਹਿਸੂਸ ਕਰੋਗੇ ਇਹਨਾਂ ਪਿੰਡਾਂ ਨੂੰ ਜਦੋਂ ਉਜਾੜਿਆ ਜਾਣਾ? ਦੇਖੋ ਤਕਲੀਫ ਤਾਂ ਹੁੰਦੀ ਹੈ, ਇੱਕ ਸਾਂਝ ਬਣ ਗਈ ਹੈ ਆਪਣੀ। ਇੰਨਾ ਸਮੇਂ ਤੋਂ 1 ਸਾਲ ਤੋਂ ਲਗਭਗ ਇਕੱਠੇ ਰਹਿ ਰਹੇ ਨੇ, ਪਿਆਰ ਬਣ ਗਿਆ, ਪਰ ਇਹ ਇੱਕ ਵੱਡੀ ਜਿੱਤ ਹੈ, ਖੁਸ਼ੀ ਹੈ। ਪਿੰਡ ਵੱਸ ਕੇ ਜੇ ਉੱਜੜਦੇ ਨੇ ਕੋਈ ਗੱਲ ਨਹੀਂ ਹੈਗੀ। ਜਿਹੜਾ ਮੇਨ ਮਕਸਦ ਸੀਗਾ 3 ਕਾਨੂੰਨ ਵਾਪਸ ਕਰਵਾਉਣ ਦਾ, ਉਹ ਅੱਜ ਪੂਰਾ ਹੋ ਗਿਆ। ਬਹੁਤ ਵਧਾਈ ਹੈ ਸਾਰਿਆਂ ਨੂੰ, ਜਿੱਥੇ ਕਿਸਾਨਾਂ ਨੂੰ ਵਧਾਈ ਹੈ ਉੱਥੇ ਸਰਕਾਰ ਨੂੰ ਵੀ ਵਧਾਈ ਹੈ। ਪਰ ਖੁਸ਼ੀ ਹੁੰਦੀ ਹੈ ਜੇ ਖੁਸ਼ੀਆਂ ਨਾਲ ਅਸੀਂ ਆਪਣੇ ਮਕਸਦ ਦੇ ਵਿੱਚ ਪੂਰੇ ਹੋ ਕੇ ਜਾਵਾਂਗੇ ਅੱਜ, ਤਾਂ ਬਹੁਤ ਵਧੀਆ ਗੱਲ ਹੈ। ਪਹਿਲੀ ਲੜਾਈ ਜਿੱਤੀ ਜਾ ਚੁੱਕੀ ਹੈ, 3 ਕਾਨੂੰਨ ਰੱਦ ਕੀਤੇ ਜਾ ਚੁੱਕੇ ਨੇ। ਜਦੋਂ ਪਿੰਡਾਂ ਤੋਂ ਚੱਲੇ ਸੀ ਤਾਂ ਮੇਨ ਮੰਗ ਇਹੀ ਸੀ ਕਿ 3 ਕਾਨੂੰਨ ਰੱਦ ਕੀਤੇ ਜਾਣ, ਉਹ ਰੱਦ ਕੀਤੇ ਜਾ ਚੁੱਕੇ ਨੇ। ਅੱਜ ਯੂਨੀਅਨਾਂ ਇੱਕ ਮੀਟਿੰਗ ਕਰਨ ਜਾ ਰਹੀਆਂ ਨੇ, 32 ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ, ਕਿਵੇਂ ਦੇਖਦੇ ਹੋ ਉਹਨਾਂ ਦਾ ਕੀ ਡਿਸੀਜਨ ਆ ਸਕਦਾ? ਦੇਖੋ ਫੈਸਲਾ ਤਾਂ ਜਿਹੜੇ ਸਾਡੇ ਮੋਹਤਵਰ ਆਗੂ ਨੇ, ਜਿਹੜਾ ਵੀ ਉਹ ਫੈਸਲਾ ਲੈਣਗੇ ਉਹ ਕਿਸਾਨਾਂ ਨੂੰ ਪ੍ਰਵਾਨ ਹੋਊਗਾ। ਜੇ ਉਹ ਰੁਕਣ ਨੂੰ ਕਹਿਣਗੇ, MSP ਦਾ ਥੋੜ੍ਹਾ ਜਿਹਾ ਹੈਗਾ ਹਲੇ, ਤਾਂ ਅਸੀਂ ਰੁਕਾਂਗੇ। ਜੇ ਹੋਊਗਾ ਵੀ ਆਪਾਂ ਨੇ ਜਾਣਾ ਹੈ, ਤੇ ਖੁਸ਼ੀ ਨਾਲ ਕਿਸਾਨ ਭੰਗੜੇ ਪਾਉਂਦੇ ਆਪਣੇ ਘਰਾਂ ਨੂੰ ਲੌਟ ਜਾਣ। ਚਰਚਾ ਇਹ ਵੀ ਚੱਲ ਰਹੀ ਹੈ ਕਿ ਜਿਹੜੀਆਂ 3 ਮੰਗਾਂ ਸੀ ਮੇਨਲੀ, 3 ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ, ਉਹ ਪੂਰੀ ਹੋ ਚੁੱਕੀ ਹੈ। ਉਹ ਤੋਂ ਅਗਲੀ ਜੇਕਰ ਮੈਂ ਗੱਲ ਕਰ ਲਾਂ ਤਾਂ MSP ਦੀ ਇੱਕ ਕਮੇਟੀ ਬਣਾ ਦਿੱਤੀ ਜਾਏਗੀ। ਪਰਾਲੀ ਵਾਲਾ ਕਾਨੂੰਨ ਜਿਸ ਨੂੰ ਪੋਲਿਊਸ਼ਨ ਦਾ ਜਿਹੜਾ ਕਾਨੂੰਨ ਸੀਗਾ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਏਗਾ। ਬਿਜਲੀ ਸੋਧ ਬਿੱਲ ਦੇ ਵਿੱਚੋਂ ਵੀ ਕਿਸਾਨਾਂ ਨੂੰ ਬਾਹਰ ਰੱਖਿਆ ਜਾਏਗਾ। ਤਾਂ ਯੂਨੀਅਨਾਂ ਦੇ ਵਿੱਚ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਿਉਂ ਨਾ ਹੁਣ ਇੱਕ ਜਿੱਤ ਦੇ ਅੰਦੋਲਨ ਨੂੰ ਵਾਪਸ ਪਿੰਡਾਂ ਵੱਲ ਲੈ ਕੇ ਜਾਇਆ ਜਾਵੇ। ਜੇਕਰ ਅੱਜ ਕੋਈ ਅਜਿਹਾ ਫੈਸਲਾ ਆਉਂਦਾ ਤਾਂ ਮਨਜ਼ੂਰ ਹੈ ਤੁਹਾਨੂੰ? ਦੇਖੋ ਯੂਨੀਅਨ ਦਾ ਹਰ ਫੈਸਲਾ ਸਾਡੇ ਸਿਰ ਮੱਥੇ ਹੈ, ਸਾਡੇ ਨਾਲ ਉਹਨਾਂ ਨੇ ਅੰਦੋਲਨ ਨੂੰ ਚਲਾਇਆ, ਇੱਕ ਇੱਕ ਸਿਸਟਮ ਦੇ ਮੁਤਾਬਕ ਉਹਨਾਂ ਨੇ ਚਲਾਈ ਹੈ ਗੱਲ। ਤੇ ਯੂਨੀਅਨਾਂ ਜੋ ਵੀ ਐਲਾਨ ਕਰਨਗੀਆਂ, ਕਿਸਾਨ ਜਥੇਬੰਦੀਆਂ ਜੋ ਵੀ ਕਹਿਣਗੀਆਂ, ਪੂਰੇ ਕਿਸਾਨ ਉਹਨਾਂ ਦੇ ਨਾਲ ਨੇ ਤੇ ਵਧਾਈ ਦੇ ਪਾਤਰ ਨੇ ਸਾਰੇ। ਜੇਕਰ ਗੱਲ ਕਰੀ ਜਾਵੇ ਜਦੋਂ ਅੰਦੋਲਨ ਦੀ, ਤਾਂ ਖਬਰ ਆਉਂਦੀ ਹੈ 3 ਕਾਨੂੰਨ ਰੱਦ ਹੋ ਚੁੱਕੇ ਨੇ। ਉਧਰੋਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਸੀਗਾ, ਇੱਥੇ ਕਿਹੋ ਜਿਹਾ ਮਾਹੌਲ ਸੀ, ਖੁਸ਼ੀ ਕਿੱਦਾਂ ਦੀ ਸੀ, ਕਿੱਦਾਂ ਦੀਆਂ ਗੱਲਾਂ ਬਾਤ ਆਪਸ ਹੁੰਦੀਆਂ ਸੀਗੀਆਂ? ਦੇਖੋ ਗੁਰੂ ਨਾਨਕ ਪਾਤਸ਼ਾਹ ਦੇ ਸਿਰਜਣ ਦੇ ਉੱਤੇ ਹੀ ਸਿੱਖ ਧਰਮ ਦੀ ਹੋਂਦ ਤੇ ਉਹਨਾਂ ਦਾ ਪ੍ਰਕਾਸ਼ ਪੁਰਬ ਸਾਰੀਆਂ ਸੰਗਤਾਂ ਨੇ ਬਹੁਤ ਦੇਸ਼ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਬੜੀ ਖੁਸ਼ੀ ਨਾਲ ਮਨਾਉਂਦੇ ਨੇ। ਪਰ ਦੁੱਗਣੀ ਤੋਂ ਵੀ ਜ਼ਿਆਦਾ ਮੈਂ ਕਹੂੰਗਾ ਵੀ ਖੁਸ਼ੀ ਉਸ ਟਾਈਮ ਹੋ ਗਈ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ 3 ਕਾਨੂੰਨ ਨੇ ਜਿਹੜੇ ਇਹਨਾਂ ਨੂੰ ਰਿਪੀਲ ਕਰਨ ਦਾ ਐਲਾਨ ਕੀਤਾ, ਤੇ ਖੁਸ਼ੀ ਦੀ ਤਾਂ ਕੋਈ ਹੱਦ ਹੀ ਨਹੀਂ ਰਹੀ ਉਸ ਟਾਈਮ। ਖੁਸ਼ੀ ਮਨਾਈ ਕਿੱਦਾਂ ਗਈ ਇੱਥੇ ਬਾਰਡਰਾਂ ਤੇ?
ਦੇਖੋ ਜੀ ਲੱਡੂ ਕੱਲ ਵੀ ਚੱਲਦੇ ਸੀਗੇ ਬਰਫੀਆਂ ਦੇ ਨਾਲ, ਤੁਸੀਂ ਦੇਖਿਆ ਹੋਊਗਾ ਸਟੇਜ ਤੋਂ ਲੈ ਕੇ ਰੋਡ ਦੇ ਉੱਤੇ। ਹੁਣ ਤੱਕ ਮਤਲਬ ਖੁਸ਼ੀ ਹੈ ਜਿਹੜੀ ਉਹ ਉਸੇ ਤਰ੍ਹਾਂ ਵੰਡੀ ਜਾਂਦੀ ਹੈ ਇੱਕ ਦੂਜੇ ਨੂੰ ਗਲ ਮਿਲ ਕੇ, ਤੇ ਮਠਿਆਈਆਂ ਵੰਡ ਕੇ ਇਸ ਤਰ੍ਹਾਂ ਖੁਸ਼ੀ ਜਿਹੜੀ ਹੈ ਮਨਾਈ ਗਈ। ਇਸ ਤਰ੍ਹਾਂ ਖੁਸ਼ੀ ਮਨਾਈ ਜਾ ਰਹੀ ਹੈ। ਪਿੱਛੇ ਬੱਚੇ ਵੀ ਖੜੇ, ਉਹਨਾਂ ਨਾਲ ਗੱਲ, ਕੀ ਨਾਮ ਹੈ ਭਾਜੀ? ਮਨਵੀਰ ਸਿੰਘ। ਮਨਵੀਰ ਜੀ, ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਕਾਨੂੰਨ ਰੱਦ ਹੋਏ ਨੇ, ਤਾਂ ਬਾਬੇ ਨਾਨਕ ਬਾਰੇ ਕੁਝ ਜ਼ਰੂਰ ਸੁਣਾਓ ਸਾਨੂੰ। ਮੈਂ ਇੱਕ ਬਾਬੇ ਨਾਨਕ ਬਾਰੇ ਗੀਤ ਪੇਸ਼ ਕਰਨ ਜਾ ਰਿਹਾ। ਮੈਂ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪਲ ਪਲ ਦੀ ਖਬਰ ਨੂੰ ਲੋਕਾਂ ਦੇ ਮਨਾਂ ਵਿੱਚ ਪਹੁੰਚਾਇਆ ਵਾ। ਹੁਣ ਮੈਂ ਇੱਕ ਗੀਤ ਪੇਸ਼ ਕਰਨ ਜਾ ਰਿਹਾ। ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫਕੀਰ, ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ। ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫਕੀਰ, ਸਾਥੀ ਦੋ ਨੇ ਪਿਆਰੇ ਦੇ ਬਾਲਾ ਮਰਦਾਨਾ, ਸਾਥੀ ਦੋ ਨੇ ਪਿਆਰੇ ਦੇ ਬਾਲਾ ਮਰਦਾਨਾ, ਰੱਬ ਨਾਲ ਇਹਦੇ ਰਹਿ ਕੇ ਇਹਦਾ ਕਰੇ ਸ਼ੁਕਰਾਨਾ, ਰੱਬ ਨਾਲ ਇਹਦੇ ਰਹਿ ਕੇ ਇਹਦਾ ਕਰੇ ਸ਼ੁਕਰਾਨਾ। ਹਕਮਕਾਰ ਦਾ ਪੁਜਾਰੀ, ਇਹਨੂੰ ਨਾਮ ਦੀ ਖਮਾਰੀ, ਮੋਢੇ ਸਬਰਾਂ ਦੀ ਖਾਰੀ, ਸੱਚ ਜਾਂਦਾ ਅੱਗ ਚੀਰ। ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫਕੀਰ, ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ। ਸੋ ਬਹੁਤ ਬਹੁਤ ਧੰਨਵਾਦ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਕਾਨੂੰਨ ਰੱਦ ਹੋਏ। ਅੱਜ ਸੰਸਦ ਦੇ ਵਿੱਚ ਇਹ ਬਿੱਲ ਪੇਸ਼ ਕੀਤੇ ਜਾਣਗੇ, ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਏਗਾ। ਅੱਜ ਦੇ ਦਿਨ ਨੂੰ ਕਿੰਨਾ ਕੁ ਸੁਭਾਗਾ ਦਿਨ ਸਮਝ ਰਹੇ ਹੋ? ਬਹੁਤ ਵਧੀਆ ਲੱਗੂਗਾ ਜੀ, ਅੱਜ ਸੰਸਦ ਪੇਸ਼ ਹੋਣਗੇ ਕਿਸਾਨ ਯੂਨੀਅਨ, ਜੋ ਫੈਸਲਾ ਲੈਣਗੇ ਇਹ ਕਾਨੂੰਨ ਰੱਦ ਹੋਣੇ ਚਾਹੀਦੇ, ਰੱਦ ਹੋਗੇ ਜੀ, ਰੱਦ ਹੋਣੇ ਚਾਹੀਦੇ ਜੀ। ਯੂਨੀਅਨਾਂ ਦੀ ਗੱਲ ਕਰੀਏ, ਯੂਨੀਅਨਾਂ ਦੇ ਰੋਲ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? 32 ਲੀਡਰਾਂ ਨੂੰ ਕਹਿਲਾਂ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਰੋਲ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕਿਉਂਕਿ ਲਗਾਤਾਰ ਉਹ ਸੰਘਰਸ਼ ਲੜਦੇ ਰਹੇ, ਬਹੁਤ ਵਾਰੀ ਸੰਘਰਸ਼ ਅਪ ਐਂਡ ਡਾਊਨ ਗਿਆ, ਪਰ ਲੀਡਰ ਉਸੇ ਤਰ੍ਹਾਂ ਕਾਇਮ ਰਹੇ? ਸ਼ਾਇਦ ਲੋਕ ਘਰੇ ਆਉਂਦੇ ਜਾਂਦੇ ਰਹੇ, ਲੋਕਾਂ ਨੂੰ ਲੱਗਿਆ ਸੀ ਕਿ ਸ਼ਾਇਦ ਹੁਣ ਕਾਨੂੰਨ ਨਹੀਂ ਰੱਦ ਹੋਣੇ, ਪਰ ਲੀਡਰ ਉਸੇ ਥਾਂ ਤੇ ਖੜੇ ਰਹੇ। ਬਹੁਤ ਵਧੀਆ ਇੱਕਾ ਦੇਖਿਆ ਜੀ, ਜਥੇਬੰਦੀਆਂ ਬੱਤੀਆਂ ਦਾ, ਇਹਨਾਂ ਦਾ ਇੱਕੇ ਨਾਲ ਜੀ ਸਭ ਕੁਝ ਹੋਇਆ ਜੀ, ਕਾਨੂੰਨ ਰੱਦ ਹੋਏ ਨੇ। ਗੱਲ ਕਰੀਏ ਕਿਸਾਨੀ ਦੀ, ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕੋਈ ਹਾਲਾਤ ਜ਼ਿਆਦਾ ਚੰਗੇ ਨਹੀਂ ਸੀ, ਹਾਲਾਤ ਅੱਜ ਵੀ ਕੋਈ ਚੰਗੇ ਨਹੀਂ ਹੈ, ਹਾਲਾਤ ਸ਼ਾਇਦ ਬਾਅਦ 'ਚ ਵੀ ਚੰਗੇ ਨਹੀਂ ਹੋਣਗੇ। ਕਿਸਾਨੀ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਕੋਈ ਸੁਧਾਰ ਦੀ ਜ਼ਰੂਰਤ ਹੈ, ਔਰ ਸੁਧਾਰ ਕਿਸ ਤਰ੍ਹਾਂ ਕੀਤਾ ਜਾ ਸਕਦਾ? ਕਿਸਾਨੀ ਦੇ ਹਾਲਾਤਾਂ ਦੀ ਤਾਂ ਪਹਿਲਾਂ ਤੋਂ ਹੀ ਜਿਵੇਂ ਸਰਕਾਰਾਂ ਦਾ ਮਾੜਾ ਰਵੱਈਆ ਹੀ ਰਿਹਾ ਕਿਸਾਨਾਂ ਨਾਲ ਹਮੇਸ਼ਾ ਹੀ, ਪਰ ਕਿਸਾਨੀ ਦਾ ਸੁਧਾਰ ਤਾਂ ਜੇ ਸਰਕਾਰਾਂ ਕਿਸਾਨਾਂ ਬਾਰੇ ਸੋਚਣ ਤਾਂ ਹੀ ਆ ਸਕਦਾ। ਜੇ ਹੁਣ ਕਾਨੂੰਨ ਤਾਂ ਸਾਡਾ ਇਹ ਪਹਿਲੀ ਲੜਾਈ ਸੀ, ਤਿੰਨੇ ਕਾਨੂੰਨ ਰੱਦ ਕਰਾਉਣੇ, ਤਿੰਨੇ ਕਾਨੂੰਨ ਰੱਦ ਹੋ ਗਏ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਚਲੋ ਬਹੁਤ ਵਧੀਆ ਇੱਕ ਸੁਨੇਹਾ ਮਿਲਿਆ ਸਾਨੂੰ ਤੇ ਵੀ ਆਪਣੇ ਤਿੰਨੇ ਕ੍ਰਿਸ਼ੀ ਕਾਨੂੰਨ ਰੱਦ ਹੋ ਰਹੇ ਆ, ਪਰ ਕਿਸਾਨੀ ਸੁਧਾਰ ਲਿਆਉਣ ਦੇ ਸਰਕਾਰਾਂ ਦੇ ਸਿਰ ਤੇ ਆ। MSP ਦਾ ਜੇ ਰੇਟ ਦੇ ਦੇਣ ਸਾਨੂੰ, ਕਿਸਾਨੀ ਦੇ ਸੁਧਾਰ ਪੋਪੇ ਆ ਜਾਣ, ਕੋਈ ਖੁਦਕੁਸ਼ੀ ਨਹੀਂ ਕਰਦਾ। ਜੇ ਸਾਨੂੰ ਰੇਟ ਦਾ ਮਿਲਦਾ ਨਹੀਂ, ਸਾਡਾ ਮਿੱਥਿਆ ਭਾਅ ਨਹੀਂ ਮਿਲ ਰਿਹਾ ਸਾਨੂੰ, ਅਸੀਂ ਮਹਿੰਗੇ ਰਿਹਾ ਸਬਰਿਆਂ ਕਰਕੇ ਤੇ ਅਸੀਂ ਆਪਦੀਆਂ ਫਸਲਾਂ ਉਗਾ ਤਾਂ ਲੈਂਦੇ ਹਾਂ, ਪਰ ਸਾਡਾ ਰੇਟ ਨਹੀਂ ਮਿਲਦਾ ਸਾਨੂੰ ਬਾਜੂ। ਗੱਲ ਕਰੀ ਜਾਵੇ ਇੱਕ ਤਾਂ ਖੇਤੀ ਦੀਆਂ ਜਿਹੜੀਆਂ ਚੀਜ਼ਾਂ ਨੇ, ਚਾਹੇ ਅਸੀਂ ਖਾਦਾਂ ਦੀ ਗੱਲ ਕਰ ਲਈਏ, ਚਾਹੇ ਸਪਰੇਆਂ ਦੀ ਗੱਲ ਕਰ ਲਈਏ, ਲਗਾਤਾਰ ਉਹਨਾਂ ਦੇ ਰੇਟ ਵੀ ਵੱਧ ਰਹੇ ਨੇ, ਬਾਜ਼ਾਰ 'ਚ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹਦੇ ਰੇਟ ਵੀ ਵੱਧ ਰਹੇ ਨੇ। ਦੂਜੇ ਪਾਸੇ ਕਿਸਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਰੇਟ ਉਸ ਤਰੀਕੇ ਨਾਲ ਵਧੇ ਹੋਏ ਨਜ਼ਰ ਨਹੀਂ ਆਉਂਦੇ, ਚਾਹੇ ਕਣਕ ਦੀ ਗੱਲ ਕਰ ਲਈਏ, ਝੋਨੇ ਦੀ ਗੱਲ ਕਰ ਲਈਏ, ਦਾਲਾਂ ਦੀ ਗੱਲ ਕਰ ਲਈਏ, ਜਾਂ ਹੋਰ ਵੀ ਜਿੰਨੇ ਵੀ ਚੀਜ਼ਾਂ ਜਿਹੜੀਆਂ ਕਿਸਾਨ ਬੀਜਦਾ ਉਹਨਾਂ ਦੇ ਰੇਟ ਉਹਨੇ ਨਹੀਂ ਮਿਲ ਰਹੇ, ਪਰ ਬਾਜ਼ਾਰ 'ਚ ਜਾ ਕੇ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ। ਇਹ ਤਾਂ ਜੀ ਤੁਸੀਂ ਹੁਣ ਤੁਹਾਨੂੰ ਪਤਾ ਹੀ ਆ, ਸਾਡਾ ਹੁਣ ਜਿਹੜਾ ਇਹਨਾਂ ਨੇ ਪਿੱਛੇ ਕਣਕ ਦਾ ਰੇਟ ਵਧਾਇਆ 40 ਰੁਪਈਏ, 40 ਪੈਸੇ ਡੇਲੀ ਦਾ ਡੀਜ਼ਲ ਤੇ ਪੈਟਰੋਲ ਵੱਧਦਾ ਸੀ, ਉਹ ਵੀ ਕਿਸਾਨੀ ਦੇ ਕਿਸਾਨ ਨੇ ਡੀਜ਼ਲ ਤਾਂ ਵਰਤਣਾ, ਚਲੋ ਪੈਟਰੋਲ ਆ ਸਾਹੂਕਾਰ ਵਰਤਦੇ ਆ ਘਰਾਂ 'ਚ ਵਰਤਦੇ ਆ, ਕਿਸਾਨ ਨੇ ਤਾਂ ਡੀਜ਼ਲ ਹੀ ਵਰਤਣਾ, ਡੀਜ਼ਲ ਨਿੱਤ 40 ਪੈਸੇ ਵੱਧਦਾ ਸੀ ਹਰ ਰੋਜ਼, ਇਹ ਸਾਲ 'ਚ ਇੱਕ ਵਾਰੀ 40 ਪੈਸੇ ਸਾਡਾ ਕਿਲੋ ਮਗਰ ਵਧਾਇਆ, ਉਹ ਲੀਟਰ ਮਗਰ ਵੱਧਦਾ ਸੀ। ਮਹਿੰਗਾਈ ਤਾਂ ਤੁਸੀਂ ਜਿਹੜੀ ਸਾਡੀ ਹੁਣ ਫਸਲ ਆ, ਜਿਵੇਂ ਅਸੀਂ ਮੂੰਗੀ ਹੋਈ ਬੀਜਦੇ ਹਾਂ, ਮੂੰਗੀ ਸਾਤੋਂ ਜਦੋਂ ਅਸੀਂ ਵੇਚਣੀ ਆ, ਸਾਤੋਂ ਇਹਨਾਂ ਨੇ ਲੈਣੀ ਆ, ਸੋਤੋਂ ਲੈ ਲਈਏ 18 ਰੁਪਈਏ 17 ਰੁਪਈਏ, ਤੇ ਜਦੋਂ ਲੈਣੀ ਆ 60 ਰੁਪਈਏ, ਉਹੀ ਅਸੀਂ ਉਹੀ ਮੂੰਗੀ ਦਾ ਬੀਜ ਬੀਜਣਾ, ਸਾਨੂੰ 60 ਰੁਪਈਏ ਦੇ ਮਿਲਦਾ। ਸੋ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਇੱਕ ਮਹਿੰਗਾਈ ਦਾ ਝਟਕਾ ਹੋਰ ਦਿੱਤਾ। ਤਿੰਨੇ ਕਾਨੂੰਨ ਅੱਜ ਰੱਦ ਹੋਣ ਦੇ ਲਈ ਲੋਕ ਸਭਾ ਦੇ ਵਿੱਚ ਜਾਣਗੇ। ਦੂਜੇ ਪਾਸੇ ਜਿਹੜੇ ਕਾਰਪੋਰੇਟ ਅਦਾਰੇ ਆ ਉਹਨਾਂ ਨੇ ਆਪਣੇ ਮੋਬਾਈਲਾਂ ਦੇ ਰੇਟ ਵੀ ਵਧਾ ਦਿੱਤੇ ਆ, ਜਿਹੜੇ ਆਪਾਂ ਰੀਚਾਰਜ ਕਰਾਉਣੇ ਡੇਲੀ ਦੇ ਉਹਨਾਂ ਦੇ ਰੇਟ ਵੀ ਵੱਧ ਗਏ ਹੁਣ।
ਇਹ ਕੋਆਪਰੇਟ ਘਰਾਣੇ ਦੀ ਸਰਕਾਰ ਆ ਜੀ। ਜੇ ਆਪਾਂ ਨੂੰ ਕਹੀਏ ਵੀ ਕਿਸਾਨਾਂ ਦੀ ਸਰਕਾਰ ਦਾ ਨਹੀਂ, ਕੋਆਪਰੇਟ ਦਾ ਹੀ ਫਾਇਦਾ ਕਰਨਾ ਇਹਨਾਂ ਨੇ। ਜੇ ਇਹਨਾਂ ਦਾ ਅਸੀਂ ਹੁਣ ਇਹਨਾਂ ਦੇ ਟੋਲ ਬੰਦ ਕਰਕੇ ਰੱਖ ਲਏ, ਇਹਨਾਂ ਨੇ ਡੀਜ਼ਲ ਉਹਨਾਂ ਉੱਤੇ ਚੱਕਤਾ, ਤੇ ਇਹਨਾਂ ਨੇ ਹੁਣ ਮੋਬਾਈਲਾਂ ਦੇ ਰੇਟ ਵਧਾ ਦੇ। ਮੋਬਾਈਲ ਇੱਕ ਇਹੋ ਜਿਹੀ ਬਿਮਾਰੀ ਲਾਤੀ ਸਾਡੇ ਹਰੇਕ ਭਾਈਚਾਰੇ ਨੂੰ, ਚਾਹੇ ਕੋਈ ਵੱਡਾ ਚਾਹੇ ਛੋਟਾ, ਚਾਹੇ ਲੇਡੀਜ਼ ਆ ਚਾਹੇ ਜੈਂਟਸ ਆ, ਪਰ ਇਹ ਤੋਂ ਬਗੈਰ ਨਹੀਂ ਬੰਦਾ ਬਚਦਾ। ਇਹ ਕਰਾਉਣਾ ਹੀ ਪੈਣਾ ਤੁਹਾਨੂੰ ਰੀਚਾਰਜ। ਰੀਚਾਰਜ ਦੇ ਇਹਨਾਂ ਰੇਟ ਚੱਕਤੇ। ਕੋਆਪਰੇਟ ਘਰਾਣੇ ਦੀ ਸਰਕਾਰ ਆ, ਉਹਨਾਂ ਨੂੰ ਹੀ ਮੁਨਾਫਾ ਕਰਨਾ, ਇਹਨੇ ਜ਼ਿਮੀਂਦਾਰ ਦਾ ਕੋਈ ਮੁਨਾਫਾ ਕਰਨਾ ਹੀ ਨਹੀਂ। ਮਹਿੰਗਾਈ ਦੀ ਮੈਂ ਗੱਲ ਕਰ ਰਿਹਾ ਸੀਗਾ, ਕੀ ਨਾਮ ਹੈ ਪਹਿਲਾਂ ਔਰ ਪਿੰਡ ਦਾ ਕੀ ਨਾਮ ਹੈ? ਮੇਰਾ ਨਾਮ ਅਮਰੀਕ ਸਿੰਘ ਹੈ ਜੀ, ਮੇਰਾ ਜ਼ਿਲ੍ਹਾ ਪਟਿਆਲਾ, ਬਲਾਕ ਨਹੌਰਾ ਜੀ। ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸਾਂਝੇ ਏਬੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਜੋ ਕੁਛ ਅੱਜ ਤੱਕ ਇਸ ਪਲਾਨ 'ਤੇ ਪਹੁੰਚੇ ਹਾਂ, ਇਹ ਵੀਰੋ ਸਿਰਫ ਤੁਹਾਡੀ ਦੇਣ ਆ, ਜੋ ਕਿ ਜੋ ਤੁਸੀਂ ਸਾਨੂੰ ਬਾਹਰਲੇ ਦੇਸ਼ਾਂ ਤੱਕ ਪਹੁੰਚਾਇਆ। ਤੋ ਮੈਂ ਅੱਜ ਤੁਸੀਂ ਅਗਲੀ ਗੱਲ ਜੀ, ਮਹਿੰਗਾਈ ਦੀ ਗੱਲ ਕਰ ਰਹੇ ਸੀਗੇ, ਖਣਿਜ ਪਦਾਰਥ ਲਗਾਤਾਰ ਵੱਧ ਰਹੇ ਆ, ਹਰ ਚੀਜ਼ ਦਾ ਰੇਟ ਵੱਧ ਰਿਹਾ, ਪਰ ਕਿਸਾਨੀ ਨੂੰ ਜਦੋਂ ਰੇਟ ਦੀ ਗੱਲ ਆਉਂਦੀ, ਜਿਸ ਤਰ੍ਹਾਂ ਬਾਈ ਜੀ ਜ਼ਿਕਰ ਕਰ ਰਹੇ ਸੀਗੇ 40 ਰੁਪਏ ਵਧਾ ਦਿੱਤੇ ਜਾਂਦੇ ਆ, 50 ਪੈਸੇ ਵਧਾ ਦਿੱਤੇ ਆ, ਮਹਿੰਗਾਈ ਦੇ ਵਧਣ ਦੇ ਕਾਰਨ ਕੀ ਦੇਖਦੇ ਹੋ ਔਰ ਹੱਲ ਕੀ ਨਜ਼ਰ ਆਉਂਦਾ ਇਸ ਚੀਜ਼ ਦਾ? ਇਹ ਸਾਰੀ ਪੋਲੀਟਿਸੀ ਜਿਹੜੀ ਲੀਡਰਸ਼ਿਪ ਆ ਜੀ, ਸਾਰੇ ਉਹਨਾਂ ਦਾ ਹੀ ਕਸੂਰ ਆ ਜੀ। ਮਤਲਬ ਸਟੇਟਾਂ ਦਾ ਲੈ ਲਓ, ਜੇ ਸਟੇਟਾਂ 'ਚ MLA ਮੰਤਰੀ ਸਾਰੇ ਸਹੀ ਹੋਣ, ਸਹੀ ਉਹ ਰੇਟ ਦੇਣ ਸਾਨੂੰ, ਅਸੀਂ ਇੱਥੇ ਤੱਕ ਕਿਉਂ ਆਉਂਦੇ ਸੜਕਾਂ 'ਤੇ? ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਆ ਜੀ। ਕਿਸੇ ਸਾਨੂੰ ਲੈ ਲਓ ਤੁਸੀਂ, ਕੋਈ ਸਰਕਾਰ ਆ ਜੇ, ਇਹ ਸਭ ਮਿਲੀ ਵੀ ਆ ਜੀ। ਜਿਵੇਂ ਸਾਡਾ ਕੈਪਟਨ ਸੀ, ਉਹ ਹੁਣ ਪਤਾ ਨਿਕਲ ਰਿਹਾ, ਇੱਕ ਦੂਜਾ ਉਹਦੀ ਪੋਲ ਕੱਢ ਰਿਹਾ ਵੀ ਇਹ ਭਾਜਪਾ ਨਾਲ ਮਿਲਿਆ ਵਿਆ ਸੀ, ਹੈ ਵੀ ਬਿਲਕੁਲ ਸੱਚ ਨਿਕਲ ਰਿਹਾ ਜੀ। ਹੁਣ ਉੱਧਰ ਜਾ ਵੀ ਰਿਹਾ, ਹੁਣ ਦੱਸੋ ਅਸੀਂ ਤਾਂ ਕਿਸਾਨ ਆ, ਖੇਤੀ ਕਰਨ ਵਾਲੇ ਹਾਂ, ਅਸੀਂ ਤਾਂ ਅੰਨਦਾਤਾ, ਪਰ ਜੋ ਰੇਟ ਇਹਨਾਂ ਨੇ ਕਰਨੇ ਆ, ਇਹ ਮੰਤਰੀਆਂ ਨੇ ਕਰਨੇ ਆ, ਸਰਕਾਰਾਂ ਨੇ ਕਰਨੇ ਆ, ਸਰਕਾਰਾਂ ਸਾਡੇ ਦੇ ਜੋ ਕਰਦੀਆਂ ਉਹ ਸਾਡੇ ਨਾਲ ਧੋਖਾ ਹੋ ਰਿਹਾ। ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਸੀ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ ਕਿ ਮੈਂ ਕਾਨੂੰਨ ਰੱਦ ਕਰਾਊਂਗਾ, ਹੁਣ ਕਾਨੂੰਨ ਰੱਦ ਹੋ ਗਏ, ਕਿਹਦਾ ਹੱਥ ਦੇਖਦੇ ਉਹਦੇ ਵਿੱਚ? ਇਹ ਹੱਥ ਤਾਂ ਸਰਕਾਰਾਂ ਦਾ ਹੈ ਹੀ ਸੀ ਜੀ, ਇਹ ਤਾਂ ਸਰਿਆਮੇ ਸਾਹਮਣੇ ਆ ਗਈ ਗੱਲ, ਇਹ ਸਰਕਾਰਾਂ ਕਰਕੇ ਸਾਰਾ ਕੁਛ ਹੋ ਰਿਹਾ ਸੀ, ਉਹ ਤੁਹਾਡੇ ਸਾਹਮਣੇ ਆ ਗਿਆ। ਹੁਣ ਜੇ ਅਮਰਿੰਦਰ ਨੇ ਕਿਹਾ ਉਹਦੇ ਗੇਟ ਪਹਿਲਾਂ ਪਿੱਛੇ ਆ ਕੇ ਵੀ ਗਿਆ, ਮਿਲ ਕੇ ਵੀ ਗਿਆ ਜੀ, ਅਮਿਤ ਸ਼ਾਹ ਨਾਲ ਮੀਟਿੰਗ ਵੀ ਹੁਣ ਰੱਖੀ ਸੀ ਪਿੱਛੇ, ਉਹ ਫਿਰ ਕੈਂਸਲ ਹੋ ਗਈ ਉਹਦੀ। ਇਹ ਸਾਰੀ ਇਹਨਾਂ ਦੀ ਇੱਕ ਇੱਕ ਗੱਲਬਾਤ ਆ ਜੀ, ਇਹ ਸਭ ਮਿਲੀ ਵੀ ਆ। ਹੁਣ ਜਿਵੇਂ ਰੇਟ ਪਿੱਛੇ ਨਾਲ ਡੀਜ਼ਲ ਵਧਾਇਆ, ਹੁਣ ਸਸਤਾ ਕਰਤਾ 10 ਰੁਪਏ, ਹੁਣ ਵੋਟਾਂ ਦਾ ਮਸਲਾ, ਸਿਰਫ ਜਦੋਂ ਵੋਟਾਂ ਪੈ ਗਈਆਂ 15 ਦਿਨ ਸਾਡੇ ਮੂਹਰੇ ਹੱਥ ਬੰਨਣੇ ਆ ਜੀ, ਉਦੋਂ ਬਾਅਦ ਫਿਰ ਇਹਨਾਂ ਨੇ ਸਾਢੇ 4 ਸਾਲ 4.5 ਸਾਲ ਸਾਡੇ ਤੋਂ ਹੱਥ ਬਣਾਉਣੇ ਆ, ਜਿਵੇਂ ਹੁਣ ਸਾਡੇ ਨਾਲ ਹੋਇਆ। ਪਰ 4.5 ਸਾਲ ਹੱਥ ਬੰਨਣ ਦੀ ਲੋੜ ਹੀ ਕਿਉਂ ਪਵੇ, ਕੋਈ ਹੱਲ ਇਹਦਾ ਨਹੀਂ ਨਜ਼ਰ ਆ ਰਿਹਾ ਤੁਹਾਨੂੰ? ਇਹ ਸਾਡਾ ਸੰਯੁਕਤ ਮੋਰਚਾ, ਉਹਦੇ ਸਾਡੇ ਛੱਡੇ ਵੀ ਜਿਵੇਂ ਉਹ ਕਰਨਗੇ, ਉਹਦੇ ਸਿਰ ਮੱਥੇ ਉਹਦੇ ਫੁੱਲ ਚੜਾਵਾਂਗੇ, ਅਸੀਂ ਸੰਯੁਕਤ ਮੋਰਚੇ ਨਾਲ ਆ, ਸਾਰਾ ਹਿੰਦੁਸਤਾਨ ਦੇ ਜੋ ਕਿਸਾਨ ਆ ਬਾਹਰ ਵੀ ਬੈਠੇ ਸਾਡੇ ਵੀਰ, ਉਹਨਾਂ ਨਾਲ ਆ, ਜਿਵੇਂ ਸਾਡੇ ਸੰਯੁਕਤ ਮੋਰਚਾ ਕਰੇਗਾ ਉਹਦੇ ਨਾਲ, ਹੁਣ ਅਗਲੀ ਸੋਚਣਗੇ ਕੋਈ ਸਾਡੇ, ਹੁਣ ਪੜ੍ਹੇ ਲਿਖੇ ਲੀਡਰ ਹੋ ਗਏ ਸਾਡੇ, ਪਹਿਲਾਂ ਵਾਲਾ ਨਹੀਂ ਰਿਹਾ, ਹੁਣ ਜਿਵੇਂ ਵੋਟਾਂ ਪਾ ਦਿੰਦੇ 5 ਸਾਲ ਅਸੀਂ ਤਰਸੀ ਜਾਂਦੇ, ਹੁਣ ਸਾਡੇ ਕਿਸਾਨ ਆ ਜਿਹੜੇ ਲੀਡਰ ਆ ਜੀ, ਉਹ ਇਹਨਾਂ ਦੇ ਕਿਤੇ ਉੱਤੇ ਚਲੇ ਗਏ, ਜੋ ਤੁਸੀਂ ਦੇਖ ਲਓ ਕਿਵੇਂ ਇਹਨਾਂ ਨੂੰ ਸਾਰਾ ਕਾਲਾ ਕਾਨੂੰਨ ਕੱਢ ਕੇ ਦਿਖਾਇਆ, ਕੱਲਾ ਕੱਲਾ ਨਿਚੋੜ ਕੱਢ ਕੇ ਦਿਖਾਇਆ ਸਾਡੀ ਜੂਨੀਅਰਾਂ ਨੇ, ਤਾਂ ਇਹ ਮੰਨਿਆ ਨਹੀਂ, ਇਹ ਕਹਿੰਦੇ ਕਾਲਾ ਕੀ ਆ ਇਹਦੇ 'ਚ, ਕਾਲਾ ਕੀ ਆ, ਹੁਣ ਕਾਲਾ ਕਿੱਥੇ ਗਿਆ? ਇਹ ਕਹਿੰਦੇ ਸੀ ਕਾਨੂੰਨ ਰੱਦੇ ਨਹੀਂ ਹੋ ਸਕਦੇ, ਹਰ ਇੱਕ ਬੰਦੇ ਦੀ ਆਵਾਜ਼ ਸੀ ਭਾਜਪਾ ਦੀ, ਰੱਦੇ ਨਹੀਂ ਹੁੰਦੇ, ਸਾਡਾ ਪੰਜਾਬ 'ਚ ਉਹ ਗਰੇਵਾਲ ਕਹੀ ਜਾਂਦਾ ਤੇ ਰੱਦੇ ਨਹੀਂ ਹੁੰਦੇ, ਹੁਣ ਗਰੇਵਾਲ ਨੂੰ ਅਸੀਂ ਪੁੱਛਾਂਗੇ ਰਾਜਪੁਰੇ ਆਉਂਦਾ ਸਾਡੇ ਵੀ ਇਹ ਕਿਵੇਂ ਰੱਦ ਹੋ ਗਏ ਹੁਣ ਕਾਨੂੰਨ, ਉਹ ਰਾਜਪੁਰੇ ਆਉਂਦਾ, ਉਹ ਕਹਿੰਦੇ ਰੱਦੇ ਨਹੀਂ ਹੋ ਸਕਦੇ, ਹੁਣ ਉਹਨਾਂ ਨੂੰ ਆਪੇ ਹੁਣ ਰੱਦ ਹੋ ਗਏ। ਦੇਖੋ 22 ਦੇ ਇਲੈਕਸ਼ਨ ਦੀ ਗੱਲ ਕਰ ਲਈਏ, 22 ਦੇ ਇਲੈਕਸ਼ਨ 'ਚ ਕੀ ਫਰਕ ਰਹੇਗਾ ਨੋਰਮਲ ਇਲੈਕਸ਼ਨ ਦਾ ਔਰ 22 ਦੇ ਇਲੈਕਸ਼ਨ ਦਾ? ਨਹੀਂ ਜੀ, ਬਹੁਤ ਜ਼ਿਆਦਾ ਫਰਕ ਰਹਿਣਾ ਜੀ, ਹੁਣ ਉਹ ਪਹਿਲਾਂ ਵਾਲੇ ਇਲੈਕਸ਼ਨ ਨਹੀਂ ਹੋਣੇ, ਹੁਣ ਆਮ ਕੋਈ ਸਰਕਾਰ ਨਹੀਂ ਆਉਣੀ ਵੀ ਕਿਸੇ ਇੱਕੇ ਦੀ ਆ ਜਾਏਗੀ, ਹੁਣ ਤੁਸੀਂ ਦੇਖੋ ਵੀ ਬਣਦਾ ਕੀ ਆ, ਹੁਣ ਇਹ ਸਰਕਾਰਾਂ ਨਹੀਂ ਇਹਨਾਂ ਦੀ ਆਉਂਦੀਆਂ ਜੋ ਸਾਡੇ ਨਾਲ ਪਿਛਲੇ ਸਮਿਆਂ ਤੋਂ ਕਰਦੀ ਆ ਰਹੀ, ਲੁੱਟਦੀ ਆ ਰਹੀ ਕਿਸਾਨੀ ਨੂੰ। ਸਵਾਲ ਬਹੁਤ ਸਾਰੇ ਪੰਜਾਬ ਸਰਕਾਰ ਦੇ ਸਾਹਮਣੇ ਵੀ ਹੋਣਗੇ, ਤਾਂ ਕੀ ਧਰਨੇ ਫਿਰ ਉਧਰ ਨੂੰ ਵੀ ਜਾਣਗੇ? ਹੁਣ ਉਹ ਜਿਵੇਂ ਸਾਡਾ ਸੰਯੁਕਤ ਮੋਰਚਾ ਕਹੇਗਾ ਉਹਦੇ ਨਾਲ ਅਸੀਂ, ਪਰ ਫਿਲਹਾਲ ਕੁਛ ਕਹਿ ਨਹੀਂ ਸਕਦੇ ਅਸੀਂ, ਪਰ ਜਾਣਗੇ ਜਿਵੇਂ ਉਹ ਕਹਿਣਗੇ, ਅਸੀਂ ਹਰ ਟਾਈਮ ਹਥਿਆਰ ਆ ਜੀ। ਇੱਕ ਐਲਾਨ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾ ਰਹੇ ਨੇ, ਚੰਨੀ ਜੀ ਕੁਝ ਹੋਰ ਕਹਿ ਦਿੰਦੇ, ਨਵਜੋਤ ਸਿੰਘ ਸਿੱਧੂ ਕੁਝ ਹੋਰ ਕਹਿ ਦਿੰਦੇ, ਨੌਜਵਾਨ ਕਿਵੇਂ ਸੋਚ ਰਹੇ ਨੇ? ਦੋਨੇ ਸਰਕਾਰ ਦੇ ਵਿੱਚ ਨੇ, ਇੱਕ ਪ੍ਰਧਾਨ ਆ ਤਾਂ ਦੂਜਾ ਮੁੱਖ ਮੰਤਰੀ ਹੈ ਚਰਨਜੀਤ ਚੰਨੀ ਦਾ, ਤੁਸੀਂ ਸਟਾਈਲ ਅੱਜ ਕੱਲ੍ਹ ਦੇਖ ਰਹੇ ਹੋਵੋਗੇ, ਕਦੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ, ਕਦੇ ਪਿੰਡਾਂ ਦੇ ਘਰਾਂ ਦੇ ਵਿੱਚ, ਕਦੇ ਕੱਲ੍ਹ ਇੱਕ ਹੋਰ ਤਸਵੀਰ ਸਾਹਮਣੇ ਆਈ ਜਦੋਂ ਕੁਝ ਜਵਾਕਾਂ ਨੂੰ ਹੈਲੀਕਾਪਟਰ ਤੇ ਬਿਠਾ ਕੇ ਝੂਟੇ ਦਿਵਾਉਂਦੇ ਨਜ਼ਰ ਆਏ, ਉਹ ਸਟਾਈਲ ਨੂੰ ਕਿਵੇਂ ਦੇਖ ਰਿਹਾ ਨੌਜਵਾਨ? ਸਵਾਦ ਆ ਰਿਹਾ ਸਾਨੂੰ ਵੀ ਆਪਸ ਇਹ ਲੜ ਰਹੇ ਨੇ, ਹੈਲੀਕਾਪਟਰਾਂ ਦੀਆਂ ਝੂਟੀਆਂ ਲੈ ਕੇ ਸਾਡੇ ਛੋਟੇ ਛੋਟੇ ਜਵਾਕਾਂ ਨੂੰ ਇਹ ਲੋਲੀਪੌਪ ਨਹੀਂ ਦੇ ਸਕਦੇ। ਅਸੀਂ ਮੁੱਦਿਆਂ ਤੇ ਕੇਂਦਰਿਤ ਰਹਿਣਾ, ਜਿਵੇਂ ਸਾਨੂੰ ਇੱਥੇ ਵੀ ਡਿਵਰਟ ਕਰਨ ਦੀ ਕੋਸ਼ਿਸ਼ ਕਰੀ ਹੈ ਕਿਸਾਨੀ ਮੁੱਦਿਆਂ ਤੇ, ਕਦੇ ਸਾਨੂੰ ਧਰਮ ਤੇ ਵੰਡਿਆ ਗਿਆ, ਕਦੇ ਜਾਤ ਪਾਤ ਤੇ, ਹੁਣ ਇਹ ਵੀ ਇੱਥੇ ਪੰਜਾਬ ਦੇ ਵਿੱਚ ਕਦੇ SC ਵਰਗ ਨਾਲ, ਕਦੇ ਜਨਰਲ ਵਰਗ ਨਾਲ, ਕਦੇ ਲੇਡੀਜ਼ ਨਾਲ ਇਹ ਪੱਖਪਾਤ ਕਰਦੇ ਨੇ, ਪਰ ਅਸੀਂ ਸਾਡੀ ਸਿੱਧੀ ਲੜਾਈ ਹੈ ਜਿਹੜਾ
ਹਸਪਤਾਲ ਨੇ ਤੁਸੀਂ ਕਰੋਨਾ ਪੀਰੀਅਡ ਦੇ ਤਹਿਤ ਤੁਸੀਂ ਵੀ ਅਹਿਮ ਭੂਮਿਕਾ ਨਿਭਾਈ ਹਸਪਤਾਲਾਂ ਤੇ ਗਏ ਸਾਡੇ ਹਸਪਤਾਲਾਂ ਚ ਵੈਂਟੀਲੇਟਰ ਨਹੀਂ ਸੀ ਮੇਰੇ ਹੁਣ ਰਿਸ਼ਤੇਦਾਰ ਨੂੰ ਇੱਕ ਨੂੰ ਕੈਂਸਰ ਹੋਇਆ ਉਹਦੇ ਵਾਸਤੇ ਅਸੀਂ ਕਈ ਸਿਆਸੀ ਲੋਕਾਂ ਤੱਕ ਵੀ ਪਹੁੰਚ ਕਰੀ ਆਪ ਵੀ ਅਪਰੋਚ ਕਰੀ ਕੋਈ ਇਲਾਜ ਹੀ ਨਹੀਂ ਜੀ ਹੈਲਥ ਦਾ ਸਿਸਟਮ ਬੈਟਰ ਕਰਨਾ ਚਾਹੁੰਦੇ ਹਾਂ ਅਸੀਂ ਇੰਪਲਾਇਮੈਂਟ ਜਨਰੇਟ ਕਰਨਾ ਚਾਹੁੰਦੇ ਹਾਂ ਜਿਵੇਂ ਹੁਣ ਇੱਥੇ ਕਹਿ ਰਹੇ ਆ ਬੰਦ ਕਰੋ ਵੱਡੀ ਜਦੋਂ ਜਥੇਬੰਦੀ ਨੇ ਵੀ ਕਾਲ ਦਿੱਤੀ ਸੀ ਸਾਡੀ ਨੇ ਵੀ ਜੀਓ ਨੈਟਵਰਕ ਦਾ ਵਿਰੋਧ ਕਰਨਾ ਅਸੀਂ ਨਾ ਚਾਹ ਕੇ ਵੀ ਵੱਡੇ ਗਿਣਤੀ 'ਚ ਲੋਕ ਕਿਉਂ ਨਹੀਂ ਵਿਰੋਧ ਕਰ ਸਕੇ ਕਿਉਂਕਿ ਜਿਹੜਾ BSNL ਦਾ ਉਹਦਾ ਟਾਵਰ ਨਹੀਂ ਸੀ ਆ ਰਿਹਾ ਸਾਡੀ ਜਮਾਤ ਇਹਨਾਂ ਨੂੰ ਜਿਵੇਂ ਜਿਹੜੀ ਆ ਪੰਜਾਬ ਸਰਕਾਰ ਉਹਨਾਂ ਨੂੰ ਵੀ ਬੇਨਤੀ ਆ ਵੀ ਐਂ ਦੀਆਂ ਨੈਟਵਰਕ ਬਣਾ ਸਕਦੇ ਨੇ ਵੱਡੀ ਗਲੀ ਗਿਣਤੀ ਦੇ ਵਿੱਚ ਇੰਪਲਾਇਮੈਂਟ ਜਨਰੇਟ ਕਰਨ ਸਾਡੇ ਵਾਸਤੇ ਐਜੂਕੇਸ਼ਨ ਦਾ ਸਿਸਟਮ ਹੈ ਮੈਂ ਦੇਖਿਆ ਹੁਣ ਬਹੁਤ ਵਧੀਆ ਵਧੀਆ ਗੱਲਾਂ ਹੋ ਰਹੀਆਂ ਨੇ ਸਰਦਾਰ ਪ੍ਰਗਟ ਸਿੰਘ ਜੀ ਨੇ ਜਿਹੜੇ ਸਾਡੇ ਸਿੱਖਿਆ ਮੰਤਰੀ ਤੇ ਮਨੀਸ਼ ਸਿਸੋਦੀਆ ਦੇ ਵਿੱਚ ਵਾਰ ਚੱਲ ਪਈ ਐਜੂਕੇਸ਼ਨ ਨੂੰ ਲੈ ਕੇ ਤਾਂ ਇਹ ਬਿਹਤਰ ਪੰਜਾਬ ਵੱਲ ਇਹ ਗੱਲਾਂ ਨੇ ਸੋ ਬਿਹਤਰ ਪੰਜਾਬ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਕਿਉਂਕਿ ਜਿਹੜੀ ਬਹਿਸ ਹੈ ਉਹ ਵਿਕਾਸ ਨੂੰ ਲੈ ਕੇ ਹੋਣੀ ਹੈ ਇਹ ਲੜਾਈ ਜਿੱਤੀ ਜਾ ਚੁੱਕੀ ਹੈ ਪਰ ਜਿਹੜੀਆਂ ਲੜਾਈਆਂ ਹਲੇ ਬਾਕੀ ਨੇ ਉਹ ਜਿੱਤਣੀਆਂ ਬਾਕੀ ਨੇ ਔਰ ਪੰਜਾਬ ਜਾ ਕੇ ਉਹ ਲੜਾਈਆਂ ਹੁਣ ਜਿੱਤੀਆਂ ਜਾਣਗੀਆਂ ਕਿਉਂਕਿ ਨੌਜਵਾਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਨੇ ਤਾਂ ਨੌਜਵਾਨਾਂ ਦੇ ਹੌਸਲੇ ਵੀ ਇਸ ਲੜਾਈ ਜਿੱਤਣ ਤੋਂ ਬਾਅਦ ਬੁਲੰਦ ਨਜ਼ਰ ਆਉਂਦੇ ਨੇ ਕੈਮਰਾਮੈਨ ਮਿਹਰਬਾਨ ਦੇ ਨਾਲ ਰੋਹਿਤ ਪੱਕਾ ABP ਸਾਂਝਾ ਸਿੰਘੂ ਬਾਰਡਰ ਦਿੱਲੀ ABP ਸਾਂਝਾ ਜੋਸ਼ ਜਜ਼ਬਾ ਜਨੂੰਨ